ਰਿਟਾਇਰਡ ਹੋਣ ਤੋਂ ਬਾਅਦ ਅਕਸਰ ਕੁਝ ਲੋਕ ਆਪਣੇ ਘਰਾਂ 'ਚ ਬੈਠ ਜਾਂਦੇ ਹਨ ਅਤੇ ਕਈ ਲੋਕ ਕੋਈ ਛੋਟੀ ਮੋਟੀ ਨੌਕਰੀ ਕਰਨ ਲੱਗ ਪੈਂਦੇ ਨੇ। ਲੇਕਿਨ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਕੁਝ ਅਲੱਗ ਕਰਨ ਦੀ ਸੋਚਦੇ ਹਨ। ਅਜਿਹੇ ਹੀ ਫਗਵਾੜਾ ਦੇ ਇੱਕ ਵਿਅਕਤੀ ਜਿਨ੍ਹਾਂ ਦਾ ਨਾਮ ਕਰਮਜੀਤ ਸਿੰਘ ਹੈ, ਜੋ ਪੰਜਾਬ ਪੁਲਿਸ 'ਚ ਬਤੌਰ ਸਬ ਇੰਸਪੈਕਟਰ ਰਿਟਾਇਰ ਹੋਣ ਦੇ ਬਾਅਦ ਆਪਣੇ ਘਰ ਦੀ ਛੱਤ 'ਤੇ ਸਬਜ਼ੀਆਂ ਬੀਜ ਕੇ ਆਪਣਾ ਸਮਾਂ ਬਤੀਤ ਕਰ ਰਹੇ ਹਨ। ਕਰਮਜੀਤ ਸਿੰਘ ਮੁਤਾਬਿਕ ਉਹਨਾਂ ਦੇ ਮਨ ਦੀ ਇੱਛਾ ਸੀ ਕਿ ਉਹ ਘਰ ਦੀ ਔਰਗੈਨਿਕ ਸਬਜ਼ੀ ਖਾਣ, ਜਿਸ ਦੇ ਬਾਅਦ ਉਹਨਾਂ ਨੇ ਆਪਣੇ ਘਰ ਦੀ ਛੱਤ 'ਤੇ ਦਰਜਨ ਭਰ ਦੇ ਕਰੀਬ ਸਬਜ਼ੀਆਂ ਬੀਜ ਲਈਆਂ ਅਤੇ ਪੂਰਾ ਪਰਿਵਾਰ ਉਹੀ ਸਬਜ਼ੀਆਂ ਖਾਂਦਾ ਹੈ। ਸਰ, ਮੈਨੂੰ ਤਾਂ ਬਹੁਤ ਵਧੀਆ ਲੱਗਾ ਜੀ। ਮੈਂ ਤਾਂ ਸਵੇਰੇ 2-2.5 ਘੰਟੇ ਨਾਲੇ ਇੱਥੇ ਆਪਣੇ ਸੈਰ ਕਰਦਾ, ਨਾਲੇ ਐਕਸਰਸਾਈਜ਼ ਕਰਦਾ, ਨਾਲੇ ਆਪਣੇ ਬੂਟਿਆਂ ਨੂੰ ਪਾਣੀ ਦਿੰਦਾ, ਜੇ ਗੋਡੀ ਦੀ ਲੋੜ ਹੈ ਗੋਡੀ ਜੋ ਵੀ ਦੇਖਭਾਲ ਕਰਦੇ ਆ ਉਹ ਮੈਂ ਕਰਦਾ ਵਾ ਜੀ। ਮੈਂ ਜ਼ਿਆਦਾ ਗੰਡੋਆਂ ਦੀ ਖਾਦ ਵਰਤਦਾ ਜੀ, ਦੇਸੀ, ਬਾਕੀ ਇਹਦੇ 'ਚ ਕੀਟਨਾਸ਼ਕ ਦਵਾਈ ਕੋਈ ਨਹੀਂ ਵਰਤਦੇ ਅਤੇ ਉਹ ਖਾਦ ਵਗੈਰਾ ਪਾਈ ਦੀ ਆ ਜੀ। ਅਤੇ ਇੱਥੇ ਆਪਣਾ ਐਕਸਰਸਾਈਜ਼ ਵਗੈਰਾ ਵੀ ਕਰ ਲਈਦੀ ਆ, ਨਾਲੇ ਆਪਣਾ ਘਰ ਦਾ ਕੰਮ ਕਰ ਲਈਦਾ, ਨਾਲੇ ਆਪਣਾ ਸਿਹਤ ਵਾਲਾ ਰੱਖੀਦਾ ਧਿਆਨ ਜੀ। ਇਹੀ ਨਹੀਂ, ਕਰਮਜੀਤ ਨੂੰ ਲਿਖਣ ਦਾ ਵੀ ਸ਼ੌਂਕ ਹੈ, ਜੋ ਕਿ ਪੰਜਾਬੀ ਦੀਆਂ ਕਈ ਅਖਬਾਰਾਂ 'ਚ ਆਪਣੇ ਲੇਖ 'ਚ ਪਵਾ ਚੁੱਕੇ ਹਨ। ਹੋਰ ਮੈਂ ਕਹਾਣੀਆਂ ਲਿਖਦਾ ਜੀ, ਜਿਹੜੀਆਂ ਅਜੀਤ ਵਿੱਚ ਤਕਰੀਬਨ 1.5 ਕੁ ਦਰਜਨ ਦੇ ਕਰੀਬ ਆ ਗਈਆਂ ਜੀ, ਅਤੇ ਨਵਾਂ ਜ਼ਮਾਨਾ ਵਿੱਚ ਕਾਫੀ ਅਤੇ ਕਹਾਣੀਆਂ ਮੈਂ ਇਹੋ ਹੀ ਜ਼ਿਆਦਾ ਲਿਖਦਾ ਵਾ, ਜਿਹੜੀ ਸਮਾਜ ਨੂੰ ਕੋਈ ਸੇਧ ਆਵੇ ਅਤੇ ਜਿਸ ਤੋਂ ਕੋਈ ਬਚ ਕੇ ਆਪਣਾ ਜੀਵਨ ਚੰਗਾ ਲੋਕ ਗੁਜ਼ਾਰ ਸਕਣ, ਇਹੋ ਜਿਹੀਆਂ ਕਹਾਣੀਆਂ ਮੈਂ ਲਿਖਦਾ। ਫਗਵਾੜਾ ਤੋਂ ਰਵੀ ਗਿੱਲ ਦੀ ਰਿਪੋਰਟ। ਸਾਂਝੇ ਦੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ ਟੀਵੀ।